ਸਭ ਕੀ ਖਾਟ ਉਹ ਆ ਗਏ ਭਾਈ ਹੁਣ ਜੱਟ ਤੇ ਜੱਡ ਓ ਲੈ ਭਾਈ ਮੱਖਣ ਸਿੰਘ ਤੂੰ ਸ਼ਾਦੀ ਕੇ ਲੱਡੂ ਖਾ ਉਹ ਕੀ ਹੋ ਗਿਆ ਚੌਧਰੀ ਤੇਰਾ ਵਿਆਹ ਪੱਕਾ ਹੋ ਗਿਆ ਓਏ ਉਹ ਕਹਾ ਯਾਰ ਇਹ ਤਾਂ ਮੇਰੇ ਪੜੋਸ ਕੇ ਬਿੱਟੂ ਕੀ ਸ਼ਾਦੀ ਕੇ ਲੱਡੂ ਹੈ ਔਰ ਕਿੰਨਾ ਬੇਗਹਿਰਤ ਹੈ ਤੂੰ ਚੌਧਰੀ ਇੱਥੇ ਮੇਰਾ ਵਿਆਹ ਨਹੀਂ ਪੱਕਾ ਹੋ ਰਿਹਾ ਤੂੰ ਗਵਾਨੀਆਂ ਦੇ ਵਿਆਹ ਪੱਕਾ ਹੋਣ ਦੀ ਖੁਸ਼ੀ ਚ ਲੱਡੂ ਵੰਡ ਰਿਹਾ ਜਾਂ ਮੈਂ ਨਹੀਂ ਖਾਂਦਾ ਓ ਬਾਈ ਤੂੰ ਤਾਂ ਬੁਰਾ ਹੀ ਮੰਨ ਗਿਆ ਅਰੇ ਮन्ने ਸੁਣਿਆ ਹੈ ਅਗਰ ਕਿਸੇ ਦੀ ਸ਼ਾਦੀ ਮੈਂ ਮਨ ਸੇ ਸੇਵਾ ਕਰੋ ਤੋ ਆਪਣਾ ਨੰਬਰ ਵੀ ਜਲਦੀ ਲੱਗਦਾ ਹੈ ਅੱਛਾ ਇਹ ਗੱਲ ਹੈ ਇਹ ਲਿਆ ਫੜਾ ਮੈਂ ਤਾਂ ਸਾਰੇ ਪਿੰਡ ਚ ਲੱਡੂ ਵੰਡ ਦੂ ਅੱਜ ਓ ਲੈ ਭਾਈ ਤੂੰ ਤਾਂ ਸੀਰੀਅਸ ਹੀ ਹੋ ਗਿਆ ਯਾਰ ਪਰ ਇੱਕ ਬਾਤ ਤੋ ਹੈ ਸ਼ਾਦੀ ਮੈਂ ਲੜਕੀਆਂ ਕਿਤਨਾ ਤਿਆਰ ਹੋ ਕੇ ਸਜ ਦਜ ਕੇ ਆਤੀ ਐ ਆਹੋ ਯਾਰ ਇਹ ਗੱਲ ਤਾਂ ਤੂੰ ਠੀਕ ਕਹੀ ਹੈ ਚੌਧਰੀ ਤੈਨੂੰ ਪਤਾ ਹੈ ਕੁੜੀਆਂ ਨੇ ਜਦੋਂ ਕਿਸੇ ਵਿਆਹ ਤੇ ਜਾਣਾ ਹੋਵੇ ਨਾ ਹਾਹਾ ਕਿੰਝ ਤਿਆਰ ਹੁੰਦੀਆਂ ਫੇਸ਼ੀਅਲ ਵੈਕਸਿੰਗ ਬਲੀਚ ਤੇ ਫਿਰ ਉਦੋਂ ਬਾਅਦ ਸੁਰਖੀ ਬਿੰਦੀ ਲਾਲੀ ਗਹਿਣੇ ਤੇ ਹੋਰ ਪਤਾ ਨਹੀਂ ਕੀ ਕੀ ਨਿਕ ਸੁੱਕ ਤੇ ਫਿਰ ਮੰਨ ਲੈ ਜਦੋਂ ਕੋਈ ਵਿਆਹ ਤੇ ਉਹਨਾਂ ਨੂੰ ਕੋਈ ਸੇਲੀ ਮਿਲ ਜੇ ਉਹਨੂੰ ਪਤਾ ਕੀ ਕਹਿਣਗੀਆਂ ਅ ਅ ਅ ਦਰਅਸਲ ਮੈਂ ਜਲਦੀ ਜਲਦੀ ਮੈਂ ਤਿਆਰ ਹੋ ਕੇ ਆਈ ਹਾਂ ਨਾ ਇਸ ਲਈ ਅੱਛੇ ਸੇ ਤਿਆਰ ਹੋ ਨਹੀਂ ਪਾਈ ਹੈ। ਸਹੀ ਕਿਹਾ। ਔਰ ਹਮ ਬਚਾਰੇ ਲੜਕੇ ਕਿਸੇ ਦੀ ਸ਼ਾਦੀ 'ਤੇ ਜਾਣੇ ਸੇ ਪਹਿਲੇ ਆਪਣੇ ਕਿਸੇ ਦੋਸਤ ਸੇ ਸਲਾਹ ਕਰਕੇ ਪੁੱਛੇਂਗੇ। ਬਾਈ ਤੂੰ ਨਹਾ ਕੇ ਆਵੇਂਗਾ ਕਿ ਨਹੀਂ ਆਹੋ ਉੱਤੋਂ ਦੋਸਤ ਤੇਰੇ ਵਰਗਾ ਕਮੀਨਾ ਹੋਵੇ ਉਹ ਅੱਗੋਂ ਪਤਾ ਕੀ ਕਹੂਗਾ ਉਹ ਛੱਡ ਪਰਾਂ ਨਾਉਣ ਨੂੰ ਯਾਰ ਉੱਥੇ ਤੇਰੇ ਪਿਓ ਦਾ ਵਿਆਹ ਰਚਿਆ